ਦੋ ਹੋਟਲਾਂ ਦੇ ਵਿੱਚ ਤੋੜਫੋੜ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ 20 ਤੋਂ ਜ਼ਿਆਦਾ ਹਮਲਾਵਰਾਂ ਦੇ ਵੱਲੋਂ ਹੋਟਲ ਦੇ ਵਿੱਚ ਤੋੜਫੋੜ ਕੀਤੀ ਗਈ ਹੈ ਅਤੇ ਹੋਟਲ 'ਚ ਰੁਕੇ ਲੋਕਾਂ ਨਾਲ ਵੀ ਇਹ ਕੁੱਟਮਾਰ ਕੀਤੀ ਗਈ ਹੈ। ਦੱਸ ਦਈਏ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪਾਰਕਿੰਗ 'ਚ ਖੜੀਆਂ ਗੱਡੀਆਂ ਵੀ ਤੋੜੀਆਂ ਗਈਆਂ, ਰਿਸੈਪਸ਼ਨ ਦੇ ਉੱਤੇ ਸ਼ੀਸ਼ੇ ਤੋੜੇ ਜਾਂਦੇ ਨੇ, AC LED ਸਭ ਕੁਝ ਭੰਨ ਦਿੱਤਾ ਜਾਂਦਾ। ਤਾਂ ਹੋਟਲ ਦੇ ਮੈਨੇਜਰ ਦੇ ਮੁਤਾਬਿਕ ਕਿਹਾ ਜਾ ਰਿਹਾ ਕਿ 21 ਜੁਲਾਈ ਨੂੰ ਕੁਝ ਨੌਜਵਾਨਾਂ ਨੇ ਹੋਟਲ ਦੇ ਵਿੱਚ ਕਮਰਾ ਮੰਗਿਆ ਸੀ, ID ਨਾ ਦਿਖਾਉਣ ਤੇ ਕਮਰਾ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ ਅਤੇ 24 ਜੁਲਾਈ ਨੂੰ ਉਹੀ ਨੌਜਵਾਨ ਫਿਰ ਤੋਂ ਆਉਂਦੇ ਨੇ ਅਤੇ ਧਮਕਾ ਕੇ ਮੈਨੇਜਰ ਨੂੰ ਫਰਾਰ ਹੋ ਜਾਂਦੇ ਨੇ ਤੇ ਹਮਲਾਵਰਾਂ ਦੇ ਵੱਲੋਂ 50,000 ਰੁਪਏ ਦੀ ਰੰਗਦਾਰੀ ਵੀ ਮੰਗੀ ਗਈ ਸੀ। ਜਦੋਂ ਰੰਗਦਾਰੀ ਨਾ ਦਿੱਤੀ ਗਈ ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਬੀਤੀ ਰਾਤ ਹੋਟਲ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਹੋਟਲ 'ਚ ਲੱਗੇ ਸਾਰੇ ਸ਼ੀਸ਼ੇ, ਰਿਸੈਪਸ਼ਨ ਦੇ ਉੱਤੇ ਬਣਿਆ ਕਾਊਂਟਰ ਜੋ ਸ਼ੀਸ਼ੇ ਦਾ ਸੀ ਉਹ, ਇਸ ਦੇ ਨਾਲ ਹੀ AC, ਫਰਿੱਜ, TV ਜੋ ਨੇ ਉਹ ਸਭ ਕੁਝ ਭੰਨ ਦਿੱਤੇ ਨੇ। ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਕੰਚ ਹੈ ਉਹ ਹੋਟਲ ਦੇ ਵਿੱਚ ਖਿਲਰਿਆ ਹੋਇਆ ਹੈ। AC ਦੀ ਭੰਨ ਤੋੜ ਕੀਤੀ ਹੈ, TV ਭੰਨ ਦਿੱਤਾ, ਲਾਈਟਾਂ, ਪੱਖੇ ਸਭ ਕੁਝ ਜੋ ਹੈ ਅੰਦਰ ਤੋੜ ਕੇ ਰੱਖ ਦਿੱਤਾ ਹੈ। ਤਾਂ ਖਬਰ ਜੀਰਕਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਹੋਟਲਾਂ ਦੇ ਵਿੱਚ ਦੇਰ ਰਾਤ ਇਹ ਹਮਲਾ ਹੋਇਆ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਿਹਾ ਜਾ ਰਿਹਾ ਕਿ 20 ਤੋਂ ਵੱਧ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਲੇ ਦੁਆਲੇ ਲੱਗੇ CCTV ਫੁਟੇਜ ਵੀ ਖੰਗਾਲੇ ਜਾ ਰਹੇ ਨੇ ਕਿ ਆਖਰ ਇਹ ਬਦਮਾਸ਼ ਹੈ ਕੌਣ ਸੀ ਜਿਨ੍ਹਾਂ ਦੇ ਵੱਲੋਂ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉੱਥੇ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮੋਹਾਲੀ ਦੇ ਜੀਰਕਪੁਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਘਟਨਾਕ੍ਰਮ ਵਾਪਰਿਆ। ਦੋ ਹੋਟਲਾਂ ਦੇ ਵਿੱਚ ਤੋੜਫੋੜ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ 20 ਤੋਂ ਜ਼ਿਆਦਾ ਹਮਲਾਵਰਾਂ ਦੇ ਵੱਲੋਂ ਹੋਟਲ ਦੇ ਵਿੱਚ ਤੋੜਫੋੜ ਕੀਤੀ ਗਈ ਹੈ ਤੇ ਹੋਟਲ 'ਚ ਰੁਕੇ ਲੋਕਾਂ ਨਾਲ ਵੀ ਇਹ ਕੁੱਟਮਾਰ ਕੀਤੀ ਗਈ ਹੈ। ਦੱਸ ਦਈਏ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪਾਰਕਿੰਗ 'ਚ ਖੜੀਆਂ ਗੱਡੀਆਂ ਵੀ ਤੋੜੀਆਂ ਗਈਆਂ, ਰਿਸੈਪਸ਼ਨ ਦੇ ਉੱਤੇ ਸ਼ੀਸ਼ੇ ਤੋੜੇ ਜਾਂਦੇ ਨੇ, AC, LED ਸਭ ਕੁਝ ਭੰਨ ਦਿੱਤਾ ਜਾਂਦਾ। ਤਾਂ ਹੋਟਲ ਦੇ ਮੈਨੇਜਰ ਦੇ ਮੁਤਾਬਿਕ ਕਿਹਾ ਜਾ ਰਿਹਾ ਕਿ 21 ਜੁਲਾਈ ਨੂੰ ਕੁਝ ਨੌਜਵਾਨਾਂ ਨੇ ਹੋਟਲ ਦੇ ਵਿੱਚ ਕਮਰਾ ਮੰਗਿਆ ਸੀ, ID ਨਾ ਦਿਖਾਉਣ ਤੇ ਕਮਰਾ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ ਅਤੇ 24 ਜੁਲਾਈ ਨੂੰ ਉਹੀ ਨੌਜਵਾਨ ਫਿਰ ਤੋਂ ਆਉਂਦੇ ਨੇ ਅਤੇ ਧਮਕਾ ਕੇ ਮੈਨੇਜਰ ਨੂੰ ਫਰਾਰ ਹੋ ਜਾਂਦੇ ਨੇ ਤੇ ਹਮਲਾਵਰਾਂ ਦੇ ਵੱਲੋਂ 50,000 ਰੁਪਏ ਦੀ ਰੰਗਦਾਰੀ ਵੀ ਮੰਗੀ ਗਈ ਸੀ। ਜਦੋਂ ਰੰਗਦਾਰੀ ਨਾ ਦਿੱਤੀ ਗਈ ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਬੀਤੀ ਰਾਤ ਹੋਟਲ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਹੋਟਲ 'ਚ ਲੱਗੇ ਸਾਰੇ ਸ਼ੀਸ਼ੇ, ਰਿਸੈਪਸ਼ਨ ਦੇ ਉੱਤੇ ਬਣਿਆ ਕਾਊਂਟਰ ਜੋ ਸ਼ੀਸ਼ੇ ਦਾ ਸੀ ਉਹ, ਇਸ ਦੇ ਨਾਲ ਹੀ AC, ਫਰਿੱਜ, TV ਜੋ ਨੇ ਉਹ ਸਭ ਕੁਝ ਭੰਨ ਦਿੱਤੇ ਨੇ। ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਕੰਚ ਹੈ ਉਹ ਹੋਟਲ ਦੇ ਵਿੱਚ ਖਿਲਰਿਆ ਹੋਇਆ ਹੈ। AC ਦੀ ਭੰਨ ਤੋੜ ਕੀਤੀ ਹੈ, TV ਭੰਨ ਦਿੱਤਾ, ਲਾਈਟਾਂ, ਪੱਖੇ ਸਭ ਕੁਝ ਜੋ ਹੈ ਅੰਦਰ ਤੋੜ ਕੇ ਰੱਖ ਦਿੱਤਾ। ਤਾਂ ਖਬਰ ਜੀਰਕਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਹੋਟਲਾਂ ਦੇ ਵਿੱਚ ਦੇਰ ਰਾਤ ਇਹ ਹਮਲਾ ਹੋਇਆ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਿਹਾ ਜਾ ਰਿਹਾ ਕਿ 20 ਤੋਂ ਵੱਧ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਲੇ ਦੁਆਲੇ ਲੱਗੇ CCTV ਫੁਟੇਜ ਵੀ ਖੰਗਾਲੇ ਜਾ ਰਹੇ ਨੇ ਕਿ ਆਖਰ ਇਹ ਬਦਮਾਸ਼ ਹੈ ਕੌਣ ਸੀ ਜਿਨ੍ਹਾਂ ਦੇ ਵੱਲੋਂ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉੱਥੇ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮੋਹਾਲੀ ਦੇ ਜੀਰਕਪੁਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਘਟਨਾਕ੍ਰਮ ਵਾਪਰਿਆ।